ਵੀ ਜਦੋਂ ਤੋਂ ਵੀ ਕਾਂਗਰਸ ਬਣੀ ਹੈ ਉਹ ਹਮੇਸ਼ਾ ਹੀ ਲੋਕਾਂ ਦੇ ਨਾਲ ਪਾੜੋ ਅਤੇ ਰਾਜ ਕਰੋ ਦੀ ਨੀਤੀ ਦੇ ਉੱਪਰ ਚੱਲ ਕੇ ਧੱਕੇਸ਼ਾਹੀ ਕਰਦੀ ਆ ਰਹੀ ਹੈ। ਇਸ ਸਮੇਂ ਵੀ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਵੀ ਕਿਹਾ ਸੀ ਵੀ ਕਿਸੇ ਸੀਟਿੰਗ ਜੱਜ ਤੋਂ ਜਾਂ ਘੱਟੋ ਘੱਟ 100 ਜੱਜ ਰਿਟਾਇਰ ਜੱਜ ਨੇ ਪੰਜਾਬ ਹਰਿਆਣਾ ਕੋਰਟ ਦੇ, ਉਹਨਾਂ 'ਚੋਂ ਕਿਸੇ ਇੱਕ ਜੱਜ ਨੂੰ ਜਿਹੜਾ ਨਿਰਪੱਖ ਹੋਵੇ ਸਹੀ ਹੋਵੇ ਉਹਨੂੰ ਲਾ ਕੇ ਹੀ ਜਾਂਚ ਕਰਵਾਈ ਜਾਵੇ। ਕਾਂਗਰਸ ਸਰਕਾਰ ਵੱਲੋਂ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਦੀਆਂ ਨੀਤੀਆਂ ਨੇ ਅਤੇ ਉਹਦੇ ਖਿਲਾਫ਼ ਜਸਟਿਸ ਰਣਜੀਤ ਸਿੰਘ ਦੇ ਖਿਲਾਫ਼ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਸਮੁੱਚੀ ਕਾਂਗਰਸ ਜਮਾਤ ਦੇ ਖਿਲਾਫ਼, ਕਿਉਂਕਿ ਅਸੀਂ ਸਮੁੱਚਾ ਪੰਜਾਬ ਮਹਿਸੂਸ ਕਰਦਾ ਹੈ ਕਿ ਕਾਂਗਰਸ ਉਹ ਕਾਂਗਰਸ ਜਮਾਤ ਜਿਹਨੇ 84 ਦੇ ਦੰਗੇ ਕਰਾਏ ਹੋਣ, ਉਹ ਕਾਂਗਰਸ ਜਮਾਤ ਜਿਹਨੇ ਹਰਿਮੰਦਰ ਸਾਹਿਬ ਢਹਿ ਢੇਰੀ ਕੀਤਾ ਹੋਵੇ, ਉਹ ਸ਼੍ਰੋਮਣੀ ਅਕਾਲੀ ਦਲ ਜੋ ਪੰਥਕ ਜਮਾਤ ਹੈ ਉਹ ਤਾਂ ਇਸ ਤਰ੍ਹਾਂ ਦੀਆਂ ਸਿੱਟ ਬਣਾ ਕੇ ਉਹਨੂੰ ਬਦਨਾਮ ਕਰਦੀਆਂ ਜੋ ਗੱਲਾਂ ਕਰੇ ਇਹ ਬਰਦਾਸ਼ਤ ਨਹੀਂ ਹੋ ਸਕਦਾ। ਹਾਂਜੀ, ਦੀ ਗੱਲ ਕਰਦੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਪਹਿਲੇ ਦਿਨ ਹੀ ਇਹਨੂੰ ਬੁਨਿਆਦੀ ਤੌਰ 'ਤੇ ਰੱਦ ਕਰਤਾ ਸੀ ਵੀ ਇਹ ਝੂਠਾ ਕਮਿਸ਼ਨ ਹੈ, ਪਰ ਕਾਂਗਰਸ ਨੇ ਵੀ ਇਹਨੂੰ ਰੱਦ ਕਰਤਾ। ਕਿਵੇਂ, ਮੈਂ ਤੁਹਾਨੂੰ ਦੱਸਦਾ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਇੱਕੋ ਹੀ ਜਿਹੜੀ ਸਿਫਾਰਿਸ਼ ਸੀ ਵੀ ਇਹ ਜੋ ਕਾਂਡ ਹੈ ਇਹਦੀਆਂ ਸਾਰੀਆਂ ਘਟਨਾਵਾਂ ਨੇ ਇਹਦੀ ਜਿਹੜੀ ਹੈ ਇਨਵੈਸਟੀਗੇਸ਼ਨ ਹੈ ਉਹ CBI ਤੋਂ ਕਰਾਈ ਜਾਵੇ। ਇਹ ਜਸਟਿਸ ਰਣਜੀਤ ਸਿੰਘ ਦੀ ਆਪਦੀ ਰੈਕਮੈਂਡੇਸ਼ਨ ਹੈ। ਉਸ ਰੈਕਮੈਂਡੇਸ਼ਨ ਦੇ ਉਲਟ CBI ਤੋਂ ਤਾਂ ਕੀ ਕਰਾਉਣੀ ਸੀ, ਇਹਨਾਂ ਨੇ CBI ਤੋਂ ਇਨਕੁਆਇਰੀ ਵਾਪਸ ਲੈ ਲਈ ਅਤੇ ਆਪਣੀ ਸਿੱਟ ਬਿਠਾਤੀ ਅਤੇ ਜਿਹੜਾ ਹੈ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਜਿਹੜਾ ਹੈ ਮੂਲ ਰੂਪ 'ਚ ਇਹਨਾਂ ਨੇ ਰੱਦ ਕਰਤਾ। ਜੇ ਉਹਨਾਂ ਦੀ ਰੈਕਮੈਂਡੇਸ਼ਨ ਹੀ ਨਹੀਂ ਮੰਨਣੀ ਫਿਰ ਉਹਨੂੰ ਉਹਦਾ ਮਤਲਬ ਕੀ ਰਹਿ ਜਾਂਦਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ। ਸੋ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਕਾਂਗਰਸ, ਇੱਕ ਪਾਸੇ ਉਹਨਾਂ ਦੀਆਂ ਰੈਕਮੈਂਡੇਸ਼ਨ ਨੂੰ ਜਿਹੜੀ ਹੈ ਤੋਂ ਭੱਜ ਰਹੀ ਹੈ, ਉਹਨਾਂ ਨੂੰ ਲਾਗੂ ਨਹੀਂ ਕਰ ਰਹੀ, ਅਤੇ ਦੂਜੇ ਪਾਸੇ ਉਹਨੂੰ ਬੇਸ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ। ਕੋਈ ਵੀ ਜਿਹੜਾ ਵਿਅਕਤੀ ਹੈ ਜੇ ਕਿਸੇ ਨੇ ਪੜ੍ਹੀ ਹੈ ਰਿਪੋਰਟ ਉਹਦੇ ਵਿੱਚ ਕੁਛ ਵੀ ਐਸਾ ਨਹੀਂ ਜਿਹਦੇ ਨਾਲ ਕਾਂਗਰਸ ਸਾਬਤ ਕਰ ਸਕੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਆਗੂ ਦਾ ਸਿੱਧੇ ਜਾਂ ਅਸਿੱਧੇ ਰੂਪ 'ਚ ਇਹ ਸਾਰੇ ਘਟਨਾਕ੍ਰਮ 'ਚ ਕੋਈ ਜਿਹੜਾ ਰੋਲ ਹੋਵੇ। ਇਹਨੂੰ ਸਿਰਫ ਬਣਾ ਕੇ ਜਿਹੜਾ ਹੈ ਵੀ ਮੈਂ ਫਲਾਣੇ ਤੋਂ ਸੁਣੀ ਗੱਲ, ਮੈਂ ਫਲਾਣੇ ਤੋਂ ਸੁਣੀ, ਉਸ ਬੇਸ 'ਤੇ ਇਹਨਾਂ ਨੇ ਇਹ ਸਾਰਾ ਐਲੀਗੇਸ਼ਨ ਲਾਇਆ ਅਤੇ ਇੱਕੋ ਹੀ ਲਾਈਨ ਨੂੰ ਇਹ ਬੇਸ ਬਣਾ ਰਹੇ ਨੇ ਜਿਹੜੀ ਇਹਨਾਂ ਨੇ DGP ਦਾ ਐਫੀਡੈਵਿਟ ਹੈ ਜਿਹ 'ਚ ਉਹਨਾਂ ਨੇ ਕਿਹਾ ਵੀ ਰਾਤ ਨੂੰ 2 ਵਜੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਫੋਨ ਕੀਤਾ ਅਤੇ ਚਿੰਤਾ ਜ਼ਾਹਰ ਕੀਤੀ। ਹੁਣ ਕਿਹੜਾ ਮੁੱਖ ਮੰਤਰੀ ਹੈ ਚਿੰਤਾ ਨਹੀਂ ਜ਼ਾਹਰ ਕਰੂਗਾ ਜੀ ਘਟਨਾਵਾਂ ਬਾਰੇ, ਅਤੇ ਸਿਰਫ ਇਹ ਗੱਲ 'ਤੇ ਕਿਤੇ ਉਹਨਾਂ ਨੇ ਲਿਖਿਆ ਨਹੀਂ ਮੈਨੂੰ ਕੋਈ ਹਦਾਇਤ ਕੀਤੀ, ਕਿਤੇ ਉਹਨਾਂ ਨੇ ਇਹ ਨਹੀਂ ਲਿਖਿਆ ਵੀ ਮੇਰੇ ਨਾਲ ਕੀ ਜਿਹੜਾ ਹੈ ਉਹਨਾਂ ਨੇ ਮੈਨੂੰ ਆਦੇਸ਼ ਦਿੱਤੇ। ਇਹ ਸਾਰੀ ਜਿਹੜੀ ਗੱਲ ਹੈ ਇਹ ਨਿਰਾ ਇੱਕ ਝੂਠ ਦਾ ਪੁਲੰਦਾ ਬਣਾ ਕੇ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾ ਰਿਹਾ। ਜਿਹੜੇ ਕੋਈ ਸੂਝਵਾਨ ਵਿਅਕਤੀ ਨੇ, ਮੈਂ ਤਾਂ ਅਪੀਲ ਕਰਾਂਗਾ ਪੰਜਾਬ ਦੇ ਲੋਕਾਂ ਨੂੰ ਵੀ ਸਾਰੇ ਉਸ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਜਿਹਨੂੰ ਭਾਵੇਂ ਅਸੀਂ ਰੱਦ ਕਰਦੇ ਹਾਂ ਪਰ ਉਹਨੂੰ ਹੀ ਲਿਆ ਕੇ ਪੜ੍ਹ ਲੈਣ, ਉਹਦੇ ਵਿੱਚ ਜੇ ਉਹਨਾਂ ਨੂੰ ਕੁਛ ਲੱਭਦਾ ਹੋਵੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ਼ ਤਾਂ ਫਿਰ ਸਾਨੂੰ ਕਹਿਣ। ਇਹ ਸਿਰਫ ਆਪਾਂ ਸੁਣੀਆਂ ਸੁਣਾਈਆਂ ਗੱਲਾਂ 'ਤੇ ਜਾਂ ਜਿਹੜੀਆਂ ਵਿਰੋਧੀ ਪ੍ਰਚਾਰ ਕਰ ਰਹੇ ਉਹਨਾਂ 'ਤੇ ਜਾਣ ਦੀ ਲੋੜ ਨਹੀਂ। ਦੇਖੋ ਉਹ ਤਾਂ ਇਹ ਕਿਹੜਾ ਸਾਡੇ ਤਾਂ ਪਹਿਲੀ ਵਾਰ ਇਹ ਤਾਂ ਸ਼ੁਰੂ ਤੋਂ ਸਾਡਾ ਵਿਰੋਧ ਕਰਦੇ ਨੇ। ਜਿਹੜੇ ਲੋਕ ਪੰਜਾਬ ਦੇ ਵਿੱਚ ਸ਼ਾਂਤੀ ਨਹੀਂ ਚਾਹੁੰਦੇ, ਪੰਜਾਬ ਨੂੰ ਪਾੜਨਾ ਚਾਹੁੰਦੇ ਨੇ, ਉਹ ਵੱਖ ਵੱਖ ਰੂਪ 'ਚ ਜਿਹੜੀਆਂ ਤਾਕਤਾਂ ਨੇ ਉਹ ਅੱਜ ਇਕੱਠੀਆਂ ਹੋ ਰਹੀਆਂ ਨੇ ਅਤੇ ਪੰਜਾਬ ਦੀ ਸ਼ਾਂਤੀ ਨੂੰ ਅੱਗ ਲਾਉਣ ਦਾ ਇੱਕ ਜਿਹੜਾ ਹੈ ਜ਼ਰੀਆ ਬਣਾਇਆ ਜਾ ਰਿਹਾ। ਸੋ ਮੈਂ ਅਪੀਲ ਕਰਦਾ ਪੰਜਾਬ ਦੇ ਲੋਕਾਂ ਨੂੰ
ਇਹਨਾਂ ਲੋਕਾਂ ਦਾ ਦੇਖੋ ਜਿਹੜੇ ਸਰਕਾਰ ਦੀ ਸ਼ਹਿਰ 'ਤੇ ਇਹੋ ਜਿਹਾ ਕੁਛ ਕਰ ਰਹੇ ਨੇ, ਉਹਨਾਂ ਤੋਂ ਅਸੀਂ ਕੀ ਉਹਨਾਂ ਨੂੰ ਕਹਿ ਸਕਦੇ ਹਾਂ। ਪਰ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਾਂਗਾ ਵੀ ਐਸੇ ਮਾਹੌਲ ਦੇ ਵਿੱਚ ਸੰਜਮ ਦੇ ਨਾਲ ਕੰਮ ਲੈ ਕੇ, ਅਫਵਾਹਾਂ ਦੇ ਉੱਤੇ ਨਾ ਜਾ ਕੇ, ਸੱਚਾਈ ਦੇ ਪੜ੍ਹ ਕੇ ਸੁਣ ਕੇ ਫਿਰ ਉਹ ਫੈਸਲਾ ਕਰਨ ਅਤੇ ਪੰਜਾਬ ਨੂੰ ਐਸੇ ਮਾਹੌਲ 'ਚ ਨਾ ਜਾਣ ਦੇਣ ਜਿਹਦੇ ਨਾਲ ਕਦੇ ਜਿਹੜਾ ਹੈ ਸਾਡਾ ਅੱਗੇ ਨੁਕਸਾਨ ਹੋ ਸਕੇ। ਉਹ ਤਾਂ ਦੇਖੋ ਸਾਡੀ ਪੂਰੀ ਤਿਆਰੀ ਹੈ, ਸਾਡੇ ਸਾਰੇ ਕੈਂਡੀਡੇਟ ਚੋਣ ਲੜ ਰਹੇ, ਵੱਡੀ ਜਿੱਤ ਪ੍ਰਾਪਤ ਕਰਾਂਗੇ। ਉਹ ਸਾਰਾ ਕੁਛ ਇਹੀ ਘਟਨਾਕ੍ਰਮ ਦਾ ਹਿੱਸਾ ਹੈ ਜਿਹੜਾ ਮਨਜੀਤ ਜੀ ਕੇ ਨਾਲ ਹੋਇਆ, ਜੋ ਕੁਛ ਰੈਫਰੈਂਡਮ 2020, ਇਹ ਸਾਰਾ ਕੁਛ ਜਿਹੜਾ ਹੈ ਇਹ ਸਾਰੀ ਜਿਹੜੇ ਲੋਕ ਅੱਜ ਇਕੱਠੇ ਹੋਏ ਨੇ, ਭਾਵੇਂ ਸਿਮਰਨਜੀਤ ਸਿੰਘ ਮਾਨ ਹੈ, ਦਾਦੂਵਾਲ ਹੈ, ਮੰਡ ਹੈ, ਕਾਂਗਰਸ ਹੈ, ਇਹ ਸਾਰਿਆਂ ਦੀ ਮਿਲੀ ਭੁਗਤ, ਭਾਵੇਂ ਆਮ ਆਦਮੀ ਪਾਰਟੀ ਹੈ, ਇਹ ਸਾਰਿਆਂ ਦੀ ਮਿਲੀ ਭੁਗਤ ਦਾ ਹੀ ਨਤੀਜਾ ਹੈ ਵੀ ਆਹ ਰੈਫਰੈਂਡਮ ਜਿਹੜਾ 2020 'ਤੇ ਐਡਾ ਹਾਲਾਤ ਪੈਦਾ ਹੋ ਗਿਆ। ਦੇਖੋ ਮੈਂ ਕੋਈ ਪੈਸੀਮਿਸਟ ਨਹੀਂ ਜਾਪਣਾ ਚਾਹੁੰਦਾ, ਪਰ ਜਿਹੇ ਜਿਹੇ ਹਾਲਾਤ ਅੱਜ ਪੰਜਾਬ ਦੇ ਵਿੱਚ ਬਣ ਰਹੇ ਨੇ, ਅਜਿਹੇ ਜਿਹੇ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੁਛ ਤਾਕਤਾਂ ਵੱਲੋਂ, ਤਾਂ ਬਹੁਤ ਜ਼ਿਆਦਾ ਸੁਚੇਤ ਰਹਿਣ ਦੀ ਲੋੜ ਹੈ, ਜਿਹੜਾ ਪੰਜਾਬ ਦੇ ਮਾਹੌਲ ਖਰਾਬ ਵੀ ਹੋ ਸਕਦਾ। ਉਹ ਤਾਂ ਲੀਗਲ ਮਸਲਾ, ਹੁਣ ਮੈਂ ਉਹ 'ਚ ਦੇਖੋ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ, ਉਹ ਤਾਂ ਕੋਰਟ ਦੇ ਅੰਡਰ ਹੈਗਾ, ਹੁਣ ਕੋਰਟ ਉਹਦੀ ਜਾਂਚ ਕਰ ਰਹੀ ਹੈ, ਪੁਲਿਸ ਜਾਂਚ ਕਰ ਰਹੀ ਹੈ, ਮੈਂ ਉਹਦੇ ਕੀ ਟਿੱਪਣੀ ਕਰ ਸਕਦਾ, ਕਿਉਂਕਿ ਮੈਨੂੰ ਤਾਂ ਕੋਈ ਪੁਲਿਸ ਕੋਲ ਕੀ ਇਨਫੋਰਮੇਸ਼ਨ ਸੀ, ਕਿਸ ਬਿਨਾਂ 'ਤੇ ਪੁਲਿਸ ਨੇ ਕਾਰਵਾਈ ਕੀਤੀ, ਕੋਰਟ ਨੇ ਕਿਸ ਬੇਸ 'ਤੇ ਰਿਲੀਜ਼ ਦਿੱਤਾ, ਕੀ ਸੱਚਾਈ ਹੈ, ਉਹ ਤਾਂ ਉਦੋਂ ਬਿਨਾਂ ਜਾਣੇ ਮੈਂ ਕਿਵੇਂ ਟਿੱਪਣੀ ਕਰਦਾ ਕਿਸ ਚੀਜ਼। ਦੇਖੋ ਆਮ ਆਦਮੀ ਪਾਰਟੀ ਇਹ ਸਾਰਾ ਕੁਛ ਘਬਰਾਹਟ 'ਚ ਕਰ ਰਹੀ ਹੈ, ਸਾਡੇ 'ਤੇ ਦੋਸ਼ ਲਾਉਣਾ, ਕਾਂਗਰਸ ਦੇ ਨਾਲ ਇਕੱਠੇ ਹੋਣਾ, ਇਹ ਦੋਨਾਂ ਪਾਰਟੀਆਂ ਦੀ ਸਾਖ ਡਾਊਨ ਜਾ ਰਹੀ ਹੈ ਪੰਜਾਬ 'ਚ, ਇਹਨੂੰ ਲੱਗ ਰਿਹਾ ਵੀ ਸ਼੍ਰੋਮਣੀ ਅਕਾਲੀ ਦਲ ਦਿਨ ਪਰ ਦਿਨ ਤਗੜਾ ਹੋ ਰਿਹਾ, ਤਾਂ ਇਹ ਆਪਦੀ ਕਮਜ਼ੋਰੀ ਨੂੰ ਦੇਖ ਕੇ ਹੁਣ ਇਕੱਠੀਆਂ ਹੋ ਰਹੀਆਂ, ਅਤੇ ਇਹਨਾਂ ਦਾ ਇੱਕੋ ਹੀ ਹੈ ਵੀ ਦੋਨੇ ਇਕੱਠੇ ਹੋ ਕੇ ਅਕਾਲੀ ਦਲ 'ਤੇ ਹਮਲਾ ਕਰੀਏ।